ਕਰਤਾਰਪੁਰ ਕੋਰੀਡੋਰ ਰਾਹੀਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਸਕਣਗੇ। ਨਾਲੇ ਸੰਗਤਾਂ ਦੀ ਗਿਣਤੀ ਵੀ ਤੈਅ ਕੀਤੀ ਜਾਏਗੀ ਕਿ ਰੋਜ਼ਾਨਾ ਕਿੰਨੀ ਕੁ ਗਿਣਤੀ 'ਚ ਸੰਗਤ ਉੱਥੇ ਦਰਸ਼ਨ ਕਰਨ ਜਾਏਗੀ। ਇਸ ਤੋਂ ਇਲਾਵਾ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਭਾਰਤ ਸਰਕਾਰ ਵੀ ਇੱਕ ਮੀਟਿੰਗ ਸੱਦੇਗੀ ਜਿਸ 'ਚ ਖਾਕੇ 'ਤੇ ਵਿਚਾਰ ਕੀਤਾ ਜਾਏਗਾ ਔਰ ਜਿਸ ਨੂੰ ਲੈ ਕੇ ਪਾਕਿਸਤਾਨ ਦੇ ਵਫਦ ਨੂੰ ਸੱਦਾ ਵੀ ਦਿੱਤਾ ਜਾਏਗਾ। ਯਾਨੀ ਕਿ ਪਾਕਿਸਤਾਨ ਦੀ ਇੱਕ ਟੀਮ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਸੱਦਿਆ ਜਾਏਗਾ, ਇਹਦੇ ਬਾਰੇ ਇੱਕ ਮੀਟਿੰਗ ਕੀਤੀ ਜਾਏਗੀ ਕਿ ਕਿਸ ਤਰੀਕੇ ਦਾ ਖਾਕਾ ਤਿਆਰ ਹੋਵੇ, ਕਿੰਨੀ ਕੁ ਗਿਣਤੀ 'ਚ ਲੋਕ ਰੋਜ਼ਾਨਾ ਉੱਥੇ ਜਾ ਕੇ ਦਰਸ਼ਨ ਕਰਨਗੇ, ਸਮਾਂ ਕੀ ਕੁਛ ਰਹੇਗਾ, ਕੀ ਫੋਰਮੈਟ ਰਹੇਗਾ, ਕੀ ਕੁਛ ਪ੍ਰੋਸੈਸ ਰਹੇਗਾ। ਸੋ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਜਿਹੜੀ ਆ ਰਹੀ ਹੈ ਕਿ ਉੱਥੇ ਖਾਕਾ ਤਿਆਰ ਕਰ ਲਿਆ ਗਿਆ ਹੈ। ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਣਗੇ। ਖਾਕਾ ਤਿਆਰ ਹੋ ਰਿਹਾ ਹੈ ਔਰ ਖਾਕਾ ਕੀ ਇੱਕ ਵਾਰੀ ਉਹਦੇ 'ਤੇ ਵੀ ਤੁਹਾਨੂੰ ਦੱਸਾਂਗੇ, ਪਰ ਅੱਗੇ ਵਧਣਿਆ